ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਕਾਫੀ ਦੇਰ ਤੋਂ ਗੱਡੀ ਬਾਰੇ ਸੋਚ ਰਹੇ ਹਾਂ ਵੀ ਗੱਡੀ ਲੈ ਲਈਏ, ਕਿਹੜੀ ਗੱਡੀ ਲਈਏ, ਹੈ ਨਾ। ਇਲੈਕਟ੍ਰੀਕਲ ਸੋਚੇ ਸੀ ਅਸੀਂ ਪਹਿਲਾਂ ਵੀ ਟੈਸਲਾ ਬੰਨੀ ਜਾਵਾਂਗੇ, ਪਰ ਹਲੇ ਫਿਰ ਸਾਨੂੰ ਲੱਗਦਾ ਵੀ ਐਵੇਂ ਕਾਹਨੂੰ ਇੰਨੀ ਮਹਿੰਗੀ ਗੱਡੀ ਨੂੰ ਹੱਥ ਪਾਉਣਾ। ਜਾਣੂ ਜੇ 2-3 ਸਾਲ ਅਸੀਂ ਵੇਟ ਕਰਾਂਗੇ, ਆਈ ਥਿੰਕ ਬਹੁਤ ਸਾਰੀਆਂ ਇਲੈਕਟ੍ਰੀਕਲ ਵਧੀਆ ਇਲੈਕਟ੍ਰੀਕਲ ਗੱਡੀਆਂ ਮਾਰਕੀਟ ਦੇ ਵਿੱਚ ਆ ਜਾਣਗੀਆਂ। ਆ ਵੀ ਚੁੱਕੀਆਂ ਨੇ ਕਈ, ਪਰ ਹਲੇ ਟੈਸਟ ਹੋ ਜਾਣਗੇ ਸਾਲ ਦੇ ਵਿੱਚ, ਬਹੁਤ ਆ ਜਾਣੀਆਂ। ਹੁਣ ਤਾਂ ਚਲੋ ਗੱਡੀਆਂ ਦੀ ਫਿਰ ਵੀ ਥੋੜੀ ਸ਼ਾਰਟੇਜ ਚੱਲਦੀ ਆ। ਅਸੀਂ ਦੇਖਦੇ ਸੀਗੇ ਵੀ ਇੱਕ ਸਡਾਨ ਟਾਈਪ ਲੈ ਲਈਏ ਗੱਡੀ ਤੇ ਇੱਕ SUV ਲੈ ਲਈਏ, ਵੀ ਕਦੇ ਜੇ ਘਰਦਿਆਂ ਨੇ ਆਉਣਾ ਜਾਂ ਸਾਨੂੰ ਵੀ ਸਨੋਹ ਦੇ ਵਿੱਚ ਔਖਾ ਹੁੰਦਾ ਲੈ ਲਈਏ ਵੀ ਜਿਹੜੀ ਸਾਨੂੰ ਠੀਕ ਲੱਗੇ। ਹਾਂ, ਸੋ ਅੱਜ ਅਸੀਂ ਆਪਣੀ ਸਰਚ ਦਾ ਪਹਿਲਾ ਦਿਨ ਆ। ਅਸੀਂ ਹੁੰਡਾਈ ਨਵ ਪਾਰਟੀ ਆ ਉਹਨਾਂ ਵਾਲੇ ਸ਼ੋਰੂਮ ਦੇ ਵਿੱਚ ਆਏ ਆ, ਰੈਕਸਡੇਲ ਦੇ ਵਿੱਚ। ਰੈਕਸਡੇਲ ਆ ਜਿਹੜਾ, ਹੈ ਨਾ, ਰਵੀ ਦੇ ਘਰ ਦੇ ਨੇੜੇ ਪੈਂਦਾ ਸੀ। ਸੋ ਆਪਾਂ ਦੇਖਦੇ ਹਾਂ ਉਰੇ ਜੇ ਸਾਨੂੰ ਕੋਈ ਪਸੰਦ ਆਈ ਗੱਡੀ। ਜਿਹੜੀ ਗੱਡੀ ਪਸੰਦ ਆ ਉਹਨੂੰ ਗਾਲਾਂ ਬਹੁਤ ਕੱਢਦੇ ਨੇ ਲੋਕ, ਮੈਨੂੰ ਨਹੀਂ ਸਮਝ ਆਈ ਕਿਉਂ ਕੱਢਦੇ ਅੱਜ ਤੱਕ। ਹੈ ਇਲੈਂਟਰਾ, ਹਾਂ ਚੰਗੀ ਭਲੀ ਗੱਡੀ ਆ ਯਾਰ, ਦੇਖੋ ਇੰਨੀ ਸਸਤੀ ਦੀ ਸਸਤੀ। ਸਟੂਡੈਂਟਾਂ ਲਈ ਪਹਿਲੀ ਗੱਡੀ ਲੈਣੀ ਆ ਕਿਸੇ ਨੇ, ਬਹੁਤ ਵਧੀਆ ਗੱਡੀ। ਮੈਂ 3-4 ਜਣੇ ਇਹ ਹੋ ਗਿਆ ਜੈਟ, ਹੁਣ ਤਾਂ ਹੁੰਡਾਈ ਵੈਨਿਊ ਖੜੀ ਆ ਉੱਥੇ। ਹਾਂ, ਉਹ ਹੁੰਡਾਈ ਵੈਨਿਊ ਸਭ ਤੋਂ ਵਧੀਆ ਗੱਡੀ ਆ ਵੈਨਿਊ। ਅਸੀਂ ਪਹਿਲਾਂ ਇੰਡੀਆ 'ਚ ਬੁੱਕ ਕਰਾਈ ਸੀ, ਫਿਰ ਕੀਆ ਲੈ ਲਈ ਸੀ, ਪਰ ਵੈਨਿਊ ਖੜੀ ਆ। ਉਹ ਕੀਆ ਵਾਲੀ ਵੀ ਹੈਗੀ ਆ ਨਾ ਯਾਰ, ਗੱਡੀ ਲੈਣੀ ਬੜੀ ਜ਼ਿਆਦਾ ਔਖੀ ਹੁੰਦੀ ਆ। ਮੈਂ ਤਾਂ ਹਮੇਸ਼ਾ ਕਹਿੰਦਾ ਘਰ ਲੈਣਾ ਸੌਖਾ, ਗੱਡੀ ਲੈਣੀ ਔਖੀ। ਗੱਡੀ ਦੇ ਵਿੱਚ ਫਿਰ ਮਾਡਲ ਆਹ ਵਾਲਾ ਲੈ ਲਓ, ਨਹੀਂ ਘਰ ਲੈਣਾ ਉਹ ਔਖਾ, ਮਤਲਬ ਸਿਲੈਕਟ ਕਰਨਾ ਸੌਖਾ। ਸਿਲੈਕਟ ਪੈਸੇ ਹੁਣ ਬੰਦਾ ਬਹੁਤ ਜਲਦੀ ਕਰ ਲੈਂਦਾ, ਕਿਉਂਕਿ ਉਹਨੂੰ ਪਤਾ ਹੁੰਦਾ ਵੀ ਇੰਨੇ ਕੁ ਪੈਸੇ ਪੁੱਤਰਾ ਆਹੀ ਆਪਸ਼ਨ ਹੈ ਲੈਣਾ। ਇਹਦੇ ਵਿੱਚ ਐਂ ਪਤਾ ਜੇ ਤੁਹਾਨੂੰ ਐਂ ਵੀ ਆ ਤੁਹਾਡੇ ਕੋਲ $25,000 ਬਹੁਤ ਜ਼ਿਆਦਾ ਆਪਸ਼ਨ ਖੁੱਲ ਜਾਂਦੇ। ਫਿਰ ਪਹਿਲਾਂ ਤਾਂ ਆਇਆ ਵੀ ਗੱਡੀਆਂ ਦੇ ਤਰੀਕੇ ਦੀਆਂ ਕਿੰਨੀਆਂ ਨੇ, ਸਡਾਨ, ਕੂਪ, ਹੈਚਬੈਕ, SUV, ਕੰਪੈਕਟ। ਇੱਕ ਤਾਂ ਆਹ ਮੈਂ ਕਹਿੰਦਾ ਮੇਰੇ ਹੱਥ 'ਚੋਂ ਕੈਮਰਾ ਗਿਰੀ ਜਾਂਦਾ ਵਾ ਪਤਾ ਨਹੀਂ ਕਿਉਂ, ਤੇ ਪਿਕਅਪ ਟਰੱਕ ਕਿੰਨਾ ਕੁਛ ਆ, ਬਹੁਤ ਕੁਛ ਆ ਜਾਂਦਾ ਗੱਡੀਆਂ ਦੇ। ਅਸੀਂ ਪਿਕਅਪ ਪਿੱਕੇ ਵੀ ਸਾਨੂੰ ਬਹੁਤ ਪਸੰਦ ਆ। ਮੈਂ ਜੇ ਦਿਲੋਂ ਕੋਈ ਗੱਡੀ ਲੈਣੀ ਚਾਹਾਂ, ਮੈਂ ਚੁੱਪ ਕਰਕੇ, ਮੇਰੇ ਕੋਲ ਬਾਹਲੇ ਖੁੱਲੇ ਪੈਸੇ ਹੁਣ, ਬਾਹਲੇ ਖੁੱਲੇ ਵੀ ਨਹੀਂ ਹੋਈ ਹੋਏ, ਸਸਤੇ ਹੋ ਜਾਂਦੇ ਥੋੜੇ ਜਿਹੇ, ਚੁੱਪ ਕਰਕੇ ਮੈਂ ਫੋਰਡ ਬਰੋਂਕੋ ਲਿਆ ਵਾਂ, ਮੈਨੂੰ ਪਸੰਦ ਆ ਫੋਰਡ ਬਰੋਂਕੋ। ਜੇ ਤੁਸੀਂ ਲੈਣਾ ਹੋਇਆ ਤੁਸੀਂ ਦੇਖ ਲਿਓ, ਮੈਨੂੰ ਤਾਂ ਬਹੁਤ ਜੀਪ ਵਰਗੀ ਚੀਜ਼ ਆ, ਜਿਹਨਾਂ ਨੂੰ ਜੀਪ ਵਰਗੀ ਚੀਜ਼ ਆ, ਜਿਹਨਾਂ ਨੂੰ ਨਹੀਂ ਪਤਾ ਫੋਰਡ ਬਰੋਂਕੋ। ਆਮ ਤੌਰ ਤੇ ਲੋਕਾਂ ਨੇ ਉਹਨੂੰ ਕਿਹਾ ਵੀ ਜੀਪ ਤੋਂ ਵਧੀਆ। ਪਿਛਲੇ ਸਾਲ ਤੋਂ ਮਤਲਬ ਮੇਰੀ ਉਹ ਤੇ ਅੱਖ ਆ, ਜਦੋਂ ਦਾ ਲਾਂਚ ਹੋਇਆ ਵਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਉਹ ਗੱਡੀ, ਤੇ ਐਨੀਵੇ ਪਰ ਉਹ ਆਪਣੇ ਲਈ ਇੰਨੀ ਹਲੇ ਇਫੈਕਟਿਵ ਨਹੀਂ ਹੋਣੀ ਹੈਗੀ। ਹਾਂ, ਉਹ ਫੇਰ ਜਿਵੇਂ ਮੁੰਡਿਆਂ ਖੁੰਡਿਆਂ ਵਾਲੀ ਫੈਮਿਲੀ ਵਾਲੀ ਕਾਰ ਨਹੀਂ ਹੈਗੀ, ਜੱਟਾਂ ਵਾਲੀ ਗੱਡੀ ਆ ਬਾਈ, ਤੱਕੜ ਗੱਡੀ ਆ, ਨਜ਼ਾਰੇ ਵਾਲੇ ਆ, ਜੱਚਦਾ ਉਹ ਜਿਵੇਂ ਜੀਪ 'ਚ ਬੰਦਾ ਬੈਠਾ, ਜੱਚਦਾ ਉਹ 'ਚ ਜੱਚਦਾ ਉਹ, ਮਤਲਬ ਕਮਰਾ ਹੀ ਹੁੰਦਾ ਜਿਵੇਂ ਚਵਾਰਾ। ਮੈਂ ਤਾਂ ਐਂ ਸੋਚਦਾ ਹੁੰਦਾ ਜਿਵੇਂ ਪਿੱਕੇ ਹੋ ਗਏ ਵੀ ਤੁਸੀਂ ਚਵਾਰਾ ਰੋਡ ਤੇ ਪਾਇਆ ਹੋਇਆ, ਟਾਇਰ ਲਾ ਕੇ ਇੰਨਾ ਖੁੱਲਾ ਸਾਰੇ ਪਾਸੇ ਦੇਖਦਾ, ਉੱਚਾ ਦੇਖਦਾ। ਹੁਣ ਤਾਂ ਪਿੱਕੇ ਖੋਲੋ, ਛੱਤ ਖੋਲੋ, ਚਾਰੇ ਦੀ ਹੱਥ ਸੋਹਣੇ, ਇੰਨੇ ਸੋਹਣੇ ਕੋਠੇ ਦੇ ਵਾਈ ਐਂਡ ਮਹਿੰਗੇ ਵੀ ਨੇ, ਪਰ ਹਾਈ ਐਂਡ ਲੈਦਰ ਇੰਟੀਰੀਅਰ। ਸੋ ਜਿਹੜੇ ਜਿਹੜੇ ਲੈਂਟਰਾਂ ਨੂੰ ਮਾੜਾ ਕਹਿੰਦੇ ਆ, ਲੈਂਟਰਾਂ ਨੂੰ ਮਾੜਾ ਕਹਿਣਾ ਛੱਡੋ ਸ਼ੋਰੂਮ ਆ ਜੀ ਰੈਕਸਡੇਲ, ਤੇ ਆਹ ਖੜੀ ਆ ਵੈਨਿਊ, ਆਹ ਖੜੀ ਆ ਸਿਵਿਕ, ਤੇ ਉਹ ਖੜੀ ਆ ਲੈਂਟਰਾ। ਤੁਸੀਂ ਆਪ ਹੀ ਦੇਖ ਲਓ, ਮੈਨੂੰ ਤਾਂ ਲੈਂਟਰਾ ਜ਼ਿਆਦਾ ਸੋਹਣੀ ਲੱਗ ਰਹੀ ਆ, ਦੇਖੋ ਕਿੰਨੀ ਘੈਂਟ ਲੁੱਕੀ ਹੈ ਇਹਦੀ ਤਿੱਖੀ ਜਿਹੀ। ਸਭ ਤੋਂ ਪਹਿਲਾਂ ਜੀ ਆਪਾਂ ਦੇਖਦੇ ਹਾਂ ਲੈਂਟਰਾ, ਪ੍ਰਾਈਸ ਦੇ ਹਿਸਾਬ ਨਾਲ ਬਾਹਲੀ ਜ਼ਿਆਦਾ ਵਧੀਆ ਗੱਡੀ ਆ ਇਹ, ਖਾਸ ਕਰਕੇ ਨਵੇਂ ਸਟੂਡੈਂਟਸ ਵਾਸਤੇ ਜਿਨ੍ਹਾਂ ਨੇ ਉਬਰ ਕਰਨੀ ਆ, ਉਬਰ ਈਟਸ ਕਰਨੀ ਆ, ਉਹ ਚੀਜ਼ਾਂ ਵਾਸਤੇ ਇਹ ਬਹੁਤ ਹੀ ਵਧੀਆ ਵਾ। ਤੇ ਆਹ ਤੁਸੀਂ ਇਹਦਾ ਇੰਟੀਰੀਅਰ ਦੇਖ ਲਓ, ਆਈ ਥਿੰਕ ਆਹ ਪ੍ਰੈਫਰਡ ਮਾਡਲ ਸੀਗਾ। ਹੁਣ ਆਹ ਸੈਂਟੀਫਿਕ ਗੱਡੀ ਆ, SUV ਪ੍ਰੈਫਰਡ ਮਾਡਲ ਹੈ, ਟੌਪ ਮਾਡਲ ਨਹੀਂ ਹੈਗਾ, ਅਸੀਂ ਇਹ ਦੇਖ ਰਹੇ ਹਾਂ। ਕਿਵੇਂ ਲੱਗੀ ਰਵੀ ਇਹ ਗੱਡੀ ਆ? ਇਹ ਸਾਡੇ ਜੱਥੇ ਵਾਲੇ ਇਹਨੂੰ ਫੇਵਰਟ ਗੱਡੀ, ਇਹਨੂੰ ਸੰਤਾ ਕਹਿੰਦੇ ਹੁੰਦੇ ਸੀ। ਅੱਛਾ, ਤੇ ਵਧੀਆ ਲੱਗਦੀ ਉਹਨਾਂ ਨੂੰ ਸਾਰਿਆਂ ਨੂੰ ਜਿੰਨੇ ਨੇ ਵੀ ਰੱਖੀ। ਪਹਿਲੀ ਵਾਰ ਬੈਠਾ ਮੈਂ ਗੱਡੀ ਦੇ ਵਿੱਚ, ਠੀਕ ਆ, ਕੰਫਰਟੇਬਲ ਆ। ਮੈਨੂੰ ਉਹਨਾਂ ਕੋਲ ਪੁਰਾਣੀ ਟਾਈਮ ਦੀਆਂ ਸੀ, ਮੈਨੂੰ ਥੋੜੀ ਜਗ੍ਹਾ ਘੱਟ ਲੱਗ ਰਹੀ ਆ ਗੋਡੇ ਤਾਂ, ਪਿੱਛੇ ਨੂੰ ਕਰ ਲਾ ਸੀਟ, ਪਿੱਛੇ ਵੱਧੂ ਜਿਹੜਾ ਹਾਂ ਪਿੱਛੇ ਹੋਣੀ ਉਹਦੀ ਹੋਣੀ ਆ। ਪਰ ਵਧੀਆ ਇਹਦੀ ਆਹ ਘੈਂਟ ਆ, ਸਨਰੂਫ ਦੇਖੋ ਪੂਰੀ ਪੈਨਾਰਾਮਿਕ, ਇਹਨੇ ਤਾਂ ਲਾਉਣੇ ਇਹਦਾ, ਮੈਨੂੰ ਇਹ ਨਹੀਂ ਲੱਗਦਾ ਕਿ ਚੱਕ ਤਾਂ ਅੱਜ ਕੱਲ੍ਹ ਇਹਨਾਂ ਨੇ, ਇਹਨਾਂ ਦਾ ਕਿਤੇ ਹੋਰ ਨਾ ਹੋਵੇ। ਬਾਈ ਤੋਂ ਪੁੱਛ ਲਾ ਖੋਲ ਕੇ, ਆਹ ਹਿਸਾਬ ਕਿਤਾਬ ਆ ਗੱਡੀਆਂ। ਸੋ ਬਲਕੀ ਜੀ ਸਟਰੋਂਗ ਹੀ ਲੁੱਕ ਦਿੰਦੇ, ਹਾਂ ਬਹੁਤ ਬਲਕੀ, ਆਹ ਚੀਜ਼ ਬਹੁਤ ਜ਼ਿਆਦਾ ਵੱਡੀ ਆ। ਹੋ ਦੇਖ ਮਸਟੈਂਗ ਤੇ ਬਹਿਨੇ ਆ, ਸਨੋਚ ਚੱਲਦੀ ਨਹੀਂ, ਲੱਗਦਾ ਵੀ ਇਹਨੂੰ ਕੋਈ ਫਰਕ ਨਹੀਂ ਪੈਣਾ, ਕੋਈ ਨਹੀਂ ਫਰਕ ਪੈਣਾ ਹੈਗਾ, ਪਿਆਰੀ ਲੱਗ ਰਹੀ ਆ ਗੱਡੀ। ਖੁੱਲੀ ਸਪੇਸ ਬਹੁਤ ਹੈ ਜੀ, ਜਾਂ ਇਸ ਪਿੱਛੇ ਦੀ ਟਰੰਕ ਵੀ ਬਹੁਤ ਵੱਡੀ ਆ। ਇੱਕ ਇਹਨਾਂ ਦੀ ਅਸੀਂ ਗੱਡੀ ਦੇਖੀ, ਪੈਲਸ ਸਾਈਡ ਹੈ ਨਾ, ਕਿਹੜੀ ਪੈਲਸ ਸਾਈਡ ਹੈ ਪਤਾ ਨਹੀਂ ਕੀ ਕਹਿੰਦੇ ਆ, ਉਹ ਬਹੁਤ ਜ਼ਿਆਦਾ ਪਿਆਰੀ ਲੱਗੀ। 7-ਸੀਟਰ, 7-ਸੀਟਰ ਵੱਡੀ ਲਗਜ਼ਰੀ, ਉਹ ਸੋਹਣੀ ਆ। ਬਾਕੀ ਰੇਟ ਰਵੀ ਦੇ ਹੱਥ 'ਚ ਪੇਪਰ, ਉਹ 'ਚ ਸਾਰੇ ਦਿਖਾ ਦਾਂਗੇ ਤੁਹਾਨੂੰ। ਹਾਂ, ਦਿਖਾ ਦਾਂਗੇ ਮੇਨ ਮੇਨ ਗੱਡੀਆਂ ਦੇ ਨੇ, ਗੱਡੀਆਂ ਤੇ ਹੁੰਡਾਈ ਦੀਆਂ, ਹੁੰਡਾਈ ਦੀਆਂ ਤੁਹਾਨੂੰ ਗੱਡੀਆਂ ਦੇ ਰੇਟ ਦਿਖਾ ਦਾਂਗੇ। ਜਿਵੇਂ ਤੁਹਾਨੂੰ ਪਤਾ ਹੀ, ਸਾਰੀ ਗੱਡੀਆਂ ਦੀ ਅੱਜ ਕੱਲ੍ਹ ਵੇਟ ਚੱਲ ਰਹੀ ਆ। ਸੋ ਆਹ ਮਾਡਲ 2022 ਦਾ ਬਹੁਤ ਜ਼ਿਆਦਾ ਵੇਟਿੰਗ ਚੱਲ ਰਹੀ ਆ, 5-6 ਮਹੀਨਿਆਂ ਦੀ ਵੇਟਿੰਗ ਆ। ਅਤੇ ਇਹਦੇ ਮੂਹਰੇ ਦੇਖ ਲਓ ਤੁਸੀਂ, LED ਲਾਈਟਾਂ ਨੇ, ਪੈਨਾਰੋਮਿਕ ਆ। ਪਰ ਜਿਹੜੀ ਆਪਾਂ ਗੱਡੀ ਦੇ ਵਿੱਚ ਆ, ਇਹਦੇ ਵਿੱਚ ਛੱਤ ਸਿੰਪਲ ਹੀ ਆ ਜਿਹੜੀ ਹੁੰਦੀ ਆ। ਅੰਦਰ ਬਹਿ ਕੇ ਦੇਖਦੇ ਆਪਾਂ ਗੱਡੀ ਦੇ, ਪਹਿਲੀ ਵਾਰੀ
ਆਪਾਂ ਜਿਵੇਂ ਹੁਣ ਮਸਟੈਂਗ ਚ ਆਇਆ ਉਹਦੀ ਥੋੜੀ ਲੁੱਕ ਹੋਰ ਆ। ਇਹ ਹੈਗੇ ਨੇ ਫੈਮਿਲੀ ਕਰ ਉਸ ਤਰੀਕੇ ਨਾਲ ਡਿਜ਼ਾਇਨ ਕੀਤੀਆਂ ਹੋਈਆਂ ਨੇ। ਕਈ ਵਾਰ ਦੇਖਣ ਨੂੰ ਥੋੜੀ ਬੋਰਿੰਗ ਲੁੱਕ ਲੱਗਦੀ ਆ ਪਰ ਇਹ ਏਦਾਂ ਹੀ ਚੱਲੂਗੀ ਜਿੱਦਾਂ ਕਲੀਨ ਜੀ ਸਲੀਕ ਜੀ ਲੁੱਕ ਹੋਵੇ ਸਿੰਪਲ ਜੀ। ਪਰ ਆ ਜਿਹੜੀ ਆਪਾਂ ਦੇਖ ਰਹੇ ਆ ਉਹਦੇ ਵਿੱਚ ਪੈਰਾਨੋਮਿਕ ਸਨਰੂਫ ਉਹਦੇ ਨਾਲ ਟੌਰ ਬਣ ਜਾਣੀ ਆ, ਇਹਦੇ ਨਾਲ ਇਹਦੇ ਵਿੱਚ ਨਹੀਂ ਹੈਗੀ। ਸੋ ਇਹ ਹੈਗੀ ਜੀ ਟੂਸੋਨ 2022। ਆਹ ਇਹਦੀ ਚਾਬੀ ਦਿੱਤੀ ਆ ਬਾਈ ਨੇ ਜਿਹੜੀ ਇੱਧਰ ਬਰਾਬਰ ਖੜੀ ਆ ਉਹਦੇ ਪੈਨਾਰੋਮਿਕ ਛੱਤ ਹੈਗੀ ਆ। ਸੋ ਇੱਦਾਂ ਦੀ ਲੇਆਊਟ ਆ, ਸਟੀਅਰਿੰਗ ਵੀਲ ਆ ਜਿੱਦਾਂ ਨੋਰਮਲ ਹੁੰਦਾ ਸੋਹਣਾ ਬਣਾਇਆ ਹੋਇਆ ਉਰੋਂ, ਤੇ ਆਪਾਂ ਜਿੱਦਾਂ ਆਮ ਗੱਡੀਆਂ ਹੁੰਦੀਆਂ ਨੇ ਉਦਾਂ ਦੀ ਗੱਡੀ ਆ। ਇਨਫੋਟੇਨਮੈਂਟ ਸਿਸਟਮ ਮੇਰੇ ਹਿਸਾਬ ਨਾਲ ਥੋੜਾ ਜਿਹਾ ਬੋਰਿੰਗ ਆ, ਥੋੜਾ ਜਿਹਾ ਹੋਰ ਅਟਰੈਕਟਿਵ ਹੋ ਸਕਦਾ ਸੀਗਾ ਕਿਉਂਕਿ ਇਹਨਾਂ ਦੀ ਜਿਹੜੀਆਂ ਬਾਕੀ ਗੱਡੀਆਂ ਨੇ ਜਿਵੇਂ ਲੈਂਟਰਾ ਦਾ ਵੀ ਇਨਫੋਟੇਨਮੈਂਟ ਸਿਸਟਮ ਸਾਰੀਆਂ ਦਾ ਬਹੁਤ ਵਧੀਆ ਜਗ੍ਹਾ ਬਹੁਤ ਆ, ਜਿੱਦਾਂ ਪਿੱਛੇ ਸੀਟ ਬਹਿਣ ਲੱਗਦੀ ਆ ਵੀ ਹਾਂ ਬਹੁਤ ਜ਼ਿਆਦਾ ਸਪੇਸ ਆ। ਤੇ ਆਪਾਂ ਜਿਹੜੀ ਗੱਡੀ ਦੇਖ ਰਹੇ ਹਾਂ ਉਹ ਜਿਹੜਾ ਆਪਾਂ ਮਾਡਲ ਦੇਖ ਰਹੇ ਹਾਂ ਆਪਾਂ ਉਹ ਦੇਖ ਰਹੇ ਹਾਂ ਵੀ ਜਿਹਦੇ ਵਿੱਚ ਸਾਰੇ ਸੇਫਟੀ ਫੀਚਰਸ ਹੋਣ, ਰਿਮੋਟ ਸਟਾਰਟ ਹੋਵੇ, ਪ੍ਰੈਫਰਡ ਮਾਡਲ ਹੋਵੇ ਨਾ ਟਾਪ ਮਾਡਲ ਹੋਵੇ, ਵਨ ਆਫ ਦਾ ਕਾਈਂਡ ਵੀ ਸਟੇ ਹੀਟਰ ਸਟੇਅਰਿੰਗ ਹੋਵੇ। ਹੋਰੇ ਬਹੁਤ ਲੋਡ ਪੈਂਦੀ ਹੁਣ ਆਪਣੇ ਵਾਲੀ ਮਸਟੈਂਗ ਦਾ ਹੈਗਾ ਨਹੀਂ ਹੈਗਾ ਹੀਟਰ, ਉਸ ਤੋਂ ਬਾਅਦ ਆਉਣ ਲੱਗੇ ਨੇ। ਸੋ ਉਹਦੇ ਕਰਕੇ ਪਹਿਲਾਂ ਜਦੋਂ ਗੱਡੀ ਗਰਮ ਵੀ ਹੋ ਜਾਏ ਸਟੀਅਰਿੰਗ ਵੀਲ ਨਹੀਂ ਗਰਮ ਹੁੰਦਾ ਹੈਗਾ, ਸਪੋਰਟ ਸੈਂਸਰ ਉਹਨੂੰ ਇਹ ਵੀ ਬਹੁਤ ਬਸ ਬੇਸਿਕ ਚੀਜ਼ਾਂ ਹੋਣ, ਪ੍ਰੈਫਰਡ ਮਾਡਲ ਲੈ ਲਿਓ ਨਾ ਬੇਸ ਨਾ ਟਾਪ। ਹਾਂ ਇਹਦੇ ਵਿੱਚ ਹਾਲਾਂਕਿ ਉਹ ਨਹੀਂ ਹੁੰਦੇ ਫਿਰ ਟਾਪ ਲੈਦਰ ਇੰਟੀਰੀਅਰ, ਪਰ ਜੇ ਆਪਾਂ ਲਵਾਂਗੇ ਫਿਰ ਦੂਜੀ ਛੱਤ ਵਾਲੀ ਲਵਾਂਗੇ, ਆਪਾਂ ਛੱਤ ਵਾਲੀ, ਬਾਕੀ ਗੱਲਾਂ ਵਾਰਨ ਜਿੰਨੀਆਂ ਮਰਜ਼ੀ ਮਾਈ ਜਾਓ ਜਦ ਤੱਕ ਬਣਾਉਂਦੇ ਆ ਬਣਾ ਕੇ ਦੇ ਦਈਏ ਅਸੀਂ ਦੇਖਣਾ ਇੰਨੇ ਪੈਸੇ। ਇਹ ਵੀ ਤੁਹਾਨੂੰ ਐਂਡ 'ਚ ਦਿਖਾਵਾਂਗੇ ਜੇ ਤੁਸੀਂ ਗੱਡੀ ਲੈਣੀ ਹੋਈ ਹੁੰਡਾਈ ਦੀ ਵੀ ਕੀ ਹਿਸਾਬ ਕਿਤਾਬ ਆ, ਵੀ ਇਹ ਕੱਟਣਗੇ ਵੀ ਕਿ ਨਹੀਂ। ਆਹ ਸੋਨਾਟਾ ਖੜੀ ਆ ਜੀ, ਆਹ ਇਹਨਾਂ ਨੇ ਨਵਾਂ ਹੀ ਕੰਪੈਕਟ ਪਿਕਅਪ ਟਰੱਕ ਆ, ਸੈਂਟਾ ਕਰੂਜ਼, ਸੈਂਟਾ ਕਰੂਜ਼, ਸੈਂਟਾ ਕਰੂਜ਼। ਤੇ ਇੱਧਰ ਆਹ ਦੇਖ ਲਓ ਸੈਂਟਾ ਫੀ ਹਾਈਬ੍ਰਿਡ ਖੜੀ ਆ, ਪਾਉਣ ਲੱਗ ਗਿਆ ਰੌਲਾ। ਹੁਣ ਆਪਾਂ ਇਹਦੇ ਅੰਦਰ ਬਹਿ ਕੇ ਦੇਖਦੇ ਹਾਂ, ਮੈਂ ਕਦੇ ਨਹੀਂ ਬੈਠਿਆ ਹੈਗਾ, ਮੈਂ ਹੁੰਡਾਈ ਦੀ ਗੱਡੀਆਂ 'ਚ ਪਹਿਲਾਂ ਬਹੁਤ ਹੀ ਘੱਟ ਬੈਠੇ ਹਾਂ, ਇੰਡੀਆ 'ਚ ਉਹ 'ਚ ਹੀ ਬੈਠੇ ਹਾਂ, ਕਰੇਟਾ 'ਚ ਬੈਠੇ ਹਾਂ ਉੱਥੇ ਵੈਨਿਊ ਦੇ ਵਿੱਚ। ਤੇ ਇੱਧਰ ਆ ਟੂਸਨ ਖੜੀ ਆ, ਮੈਨੂੰ ਅੱਜ ਤੱਕ ਟਸਕੌਨ ਹੀ ਕਹੀ ਜਾਂਦਾ ਸੀ, ਟੂਸਨ ਖੜੀ ਆ। ਜਿਹੜੀ ਮੈਨੂੰ ਇਹਨਾਂ ਦੀ ਗੱਡੀ ਸਭ ਤੋਂ ਜ਼ਿਆਦਾ ਪਸੰਦ ਆਈ ਉਹ ਆਈ ਥਿੰਕ ਆਹੀ ਵਾਲੀ ਨੇ ਨਾ ਰਵੀ, ਉਹ ਖੜੀ ਆ ਪੈਲਸ ਆਈ ਡੀ ਆ। ਤੇ ਇਹ ਗੱਡੀ ਮੈਨੂੰ ਪਸੰਦ ਆਈ, ਹਾਂ ਪਤਾ ਨੀ ਕੀ ਕਹਿੰਦੇ ਆ ਬਾਈ, ਐਵੇਂ ਕਹੀ ਆ ਤੁਹਾਨੂੰ ਅੱਜ ਤਾਂ ਸਾਡਾ ਕਦੇ ਫੇਰ ਰਿਵਿਊ ਵਧੀਆ ਬਣਾ ਕੇ ਜਾਵਾਂਗੇ, ਅੱਜ ਤਾਂ ਸਾਡੇ ਲਈ ਵੀ ਇਹ ਜਿਵੇਂ ਤੁਹਾਡੇ ਲਈ ਨਵੀਂ ਚੀਜ਼ ਆ ਸਾਡੇ ਲਈ ਵੀ ਨਵੀਂ ਚੀਜ਼ ਆ ਇਹ। ਤੇ ਇਹ ਮੈਨੂੰ ਗੱਡੀ ਅੰਦਰੋਂ ਲਗਜ਼ਰੀ ਵੀ ਲੱਗੀ, ਬਸ ਇਹਦੇ ਵਿੱਚ ਇੱਕ ਹੀ ਕਮੀ ਆ, ਸਨਰੂਫ ਨਹੀਂ ਹੈਗੀ। ਤੇ ਹੁਣ ਆਪਾਂ ਇੱਕ ਆਹ ਕਾਰ ਤੇ ਤੁਹਾਨੂੰ ਆਪਾਂ ਪਿਕਅਪ ਟਰੱਕ ਦਿਖਾਉਂਦੇ ਹਾਂ ਲਈ, ਆਪਾਂ ਹੁਣ ਤੁਹਾਨੂੰ ਆਹ ਗੱਡੀ ਦਿਖਾਉਂਦੇ ਹਾਂ। ਵਿਲੋਸਟਰ ਇਹ ਮੈਂ ਪਹਿਲੀ ਵਾਰੀ ਦੇਖੀ ਹੈ ਗੱਡੀ, ਮੈਨੂੰ ਸੋਹਣੀ ਲੱਗੀ। ਐਨ ਦਾ ਮਤਲਬ ਹੁੰਦਾ ਇਹਨਾਂ ਦੀ ਸਪੋਰਟ ਸੀਰੀਜ਼ ਹੁੰਦੀਆਂ ਨੇ, ਐਨ ਅਲੈਂਟਰਾ ਵਿੱਚ ਵੀ ਆਉਂਦੀ ਆ, ਟ੍ਰੈਸਕਾਂ ਦੇ ਵਿੱਚ ਵੀ ਆਉਂਦੀ ਆ। ਤੇ ਇਹ ਹੈਗੀ ਆ ਜੀ ਸਪੋਰਟ, ਦੇਖ ਸਕਦੇ ਹੋ ਤੁਸੀਂ, ਟਿਊਬਲੈਸ ਲੋ ਪ੍ਰੋਫਾਈਲ ਟਾਇਰ ਨੇ। ਟੂ ਡੋਰ ਆ, ਫੋਰ ਡੋਰ ਤੁਸੀਂ ਗੱਡੀਆਂ ਦੇਖਿਆ, ਤੁਹਾਨੂੰ ਦਿਖਾਉਂਦੇ ਆ ਦੇਖੋ, ਵਨ ਡੋਰ, ਟੂ ਡੋਰ, ਟੈਂਟਨ, ਇਹ ਪਹਿਲੀ ਵਾਰੀ ਅੱਜ ਤੱਕ ਜ਼ਿੰਦਗੀ ਦੇਖੀ ਆ। ਦੇਖੋ ਥਰੀ ਡੋਰ, ਥਰਡ ਡੋਰ ਆ, ਇਹਦਾ ਹੋਰ ਕੋਈ ਡੋਰ ਹੀ ਨਹੀਂ ਹੈਗਾ ਚੌਥਾ। ਚਲੋ ਅੰਦਰ ਬਹਿ ਕੇ ਦੇਖਦੇ ਆ, ਪਹਿਲੀ ਵਾਰ ਤੁਹਾਡੇ ਮੂਹਰੇ ਬਹਿਣ ਲੱਗਿਆ ਵੀਰੇ। ਇਹ ਗੱਡੀ ਹੈਗੀ ਆ ਛੋਟੀ ਜਿਵੇਂ ਇੰਡੀਆ ਚ ਹੁੰਦੀ ਆ, ਤੇ ਇਹਦਾ ਪ੍ਰਾਈਸ ਵੀ ਸ਼ੁਰੂ ਹੋ ਜਾਂਦਾ 35-45 ਦੇ ਵਿੱਚ ਲਾ ਲਓ ਤੁਸੀਂ। ਪਰ ਇਹ ਪਤਾ ਕੀ ਸਪੋਰਟਸ ਵਾਲੇ ਜਿਵੇਂ ਦੀਆਂ ਸੀਟਾਂ ਵੀ ਦੇਖ ਲੁੱਕ ਜੀ, ਹਾਂ ਇਹ ਮੈਨੂਅਲ ਦੇ ਵਿੱਚ ਵੀ ਆਉਂਦੀ ਆ, ਸੀਟ ਦੇ ਵਿੱਚ ਜਗੜ ਕੇ ਰੱਖਦੀਆਂ ਮੁੜੀਆਂ ਹੋਈਆਂ ਨੇ ਸੀਟਾਂ, ਬੰਦੇ ਨੂੰ ਐਂ ਫੜ ਕੇ ਰੱਖਦੀਆਂ। ਹਾਂ ਨਹੀਂ ਸੀਟਾਂ ਬਹੁਤ ਜ਼ਿਆਦਾ ਸੋਹਣੀਆਂ ਨੇ, ਸਪੋਰਟਸ ਵਾਲੀਆਂ ਸੀਟਾਂ ਨੇ ਜਿਵੇਂ ਗੇਮਿੰਗ ਚੇਅਰਸ ਹੁੰਦੀਆਂ ਨੇ। ਹਾਂ ਹਾਂ ਹਾਂ, ਪਰ ਹੈੱਡ ਰੂਮ ਤੇਰਾ ਸਿਰ ਲੱਗ ਰਿਹਾ? ਨਹੀਂ ਥੋੜਾ ਜਿਹਾ ਕਰਕੇ ਤੇਰਾ ਲੱਗ ਰਿਹਾ। ਇਦਾਂ ਦਾ ਵਿਊ ਆ, ਇਦਾਂ ਦਾ ਇਹਦਾ ਸਟੀਅਰਿੰਗ ਵੀਲ ਆ। ਦੇਖੋ ਗੱਡੀ ਤਾਂ ਇਹ ਵਧੀਆ ਵਾ, ਪਰ ਇਹਦੇ ਵਿੱਚ ਬਹਿ ਕੇ ਐਵੇਂ ਲੱਗਦਾ ਜਿਵੇਂ ਆਪਾਂ ਇੰਡੀਆ ਚ ਛੋਟੀਆਂ ਗੱਡੀਆਂ ਚ ਨੀ ਬਹਿੰਦੇ ਹੁੰਦੇ ਹੈਗੇ, ਜੇ ਇਹਨੂੰ ਮੈਂ ਇੰਡੀਆ ਦੀ ਕਿਸੇ ਗੱਡੀ ਨਾਲ ਕੰਪੇਅਰ ਕਰਾਂ ਤਾਂ ਕਹਿ ਲਓ ਵੀ i20 ਵਰਗੀ ਅੰਦਰੋਂ ਬੈਠੇ ਨੂੰ। i20 ਮੈਨੂੰ ਲੱਗਦਾ ਉਹ ਵੀ ਇਹਨਾਂ ਦੀ ਹੋਈ ਆ, ਹੋਈ ਸੱਚ ਇਹਨਾਂ ਦੀ i20 ਵੀ ਇਹਨਾਂ ਦੀ ਹੋਈ, ਸੋਹਣੀ ਹੋਵੇ ਥੋੜੀ। ਹਾਂ ਉਹ ਤਾਂ ਸੋਹਣੀ ਹੋਵੇ, ਪਰ ਕਹਿੰਦੇ ਇਹ ਭੱਜਦੀ ਭੁੱਜਦੀ ਵਧੀਆ ਵਾ ਸਪੋਰਟਸ। ਆਹ ਦੇਖੋ ਐਨ ਦੀ ਉਰੇ ਵੀ ਬੈਚਿੰਗ ਹੋਈ ਆ ਸਪੋਰਟਸ ਵਾਲੀ, ਤੇ ਹੁਣ ਆਪਾਂ ਵੀ ਉਧਰਲਾ ਪਿੱਕਾ ਦਿਖਾਈਏ। ਉਹ ਕੰਪੈਕਟ ਨਵਾਂ ਆਇਆ, ਮੈਂ ਉਹ ਦੇਖਿਆ ਸੀਗਾ ਜਦ ਆਹ ਪਿਛਲੇ ਸਾਲ ਉਹਦੇ ਵੀਡੀਓ ਦੇਖੀ ਸੀ, ਮੈਂ ਵੀ ਨਵਾਂ ਆ ਰਿਹਾ ਕਿਉਂਕਿ ਸਿਟੀ ਦੇ ਵਿੱਚ ਚਲਾਉਣ ਲਈ ਕਈ ਬੰਦੇ ਨੂੰ ਸ਼ੌਂਕ ਆ, ਵੱਡੇ ਪਿੱਕੇ ਕਈ ਵਾਰ ਔਖਾ ਕਰਦੇ ਨੇ ਜਿਵੇਂ ਆਪਣੇ। ਉਹ ਨਹੀਂ ਕਹਿੰਦਾ BMN ਕਹਿੰਦਾ ਗੈਟ ਅ ਪਿਕਅਪ ਟਰੱਕ, ਨੈਵਰ ਯੂਜ਼ ਇਟ ਫਾਰ ਪਿਕਅਪ, ਵੀ ਕੋਈ ਵੀ ਕੰਮ ਲਈ ਨਾ ਵਰਤੋਂ, ਪਿਕਅਪ ਟਰੱਕ ਲੈ ਲੋ ਕਹਿੰਦਾ। ਤੇ ਜਿੱਦਾਂ BMN ਟੋਰਾਂਟੋ ਦੇ ਵਿੱਚ GTA ਨਿਊਯਾਰਕ ਜਿਹੜੀਆਂ ਵੱਡੀਆਂ ਸੀਟੀਆਂ ਉੱਥੇ ਜ਼ਿਆਦਾ ਭੀੜ ਹੁੰਦੀ ਆ, ਜਾਂ ਪਿਕਅਪ ਟਰੱਕ ਚ ਉੱਥੇ ਵੱਡੇ ਨੇ ਜਿਹੜੇ ਰੈਮ ਦੇ ਆ ਫੋਰ ਦੇ, ਉਹ ਚਲਾਉਣੇ ਔਖੇ ਹੋ ਜਾਂਦੇ ਆ। ਇਹ ਵਧੀਆ ਕੰਪੈਕਟ ਆ ਵਾ, ਇਹ ਸਾਡੀ ਵੀ ਫਸਟ ਰਿਐਕਸ਼ਨ ਹੀ ਆ ਇਹਨਾਂ ਕਾਰਸ ਵਾਸਤੇ, ਅਸੀਂ ਵੀ ਤੁਹਾਡੇ ਨਾਲ ਹੀ ਪਹਿਲੀ ਵਾਰ ਦੇਖ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਲੱਗਦੀ ਆ ਵੀ ਹਾਂ ਸਪੋਰਟੀ ਐ ਭੱਜੂਗੀ ਪੂਰੀ। ਚੱਲ ਪਿੱਕੇ ਚ ਚੱਲ ਬਾਹਰ ਨਿਕਲ, ਇਹਨਾਂ ਗੱਡੀਆਂ ਚੋਂ ਥੋੜਾ ਜਿਹਾ ਔਖਾ ਲੱਗਦਾ ਵਾ। ਆਹ ਕਲਰ ਦੇਖੋ ਨਾਲੇ, ਆਪਾਂ ਕਲਰ ਦੀ ਗੱਲ ਤਾਂ ਕੀਤੀ ਨਹੀਂ, ਆਹੀ ਆ ਇਹਦੀ ਚਾਬੀ। ਹਾਂ ਆਹ ਕਲਰ ਦੇਖੋ, ਕਲਰ ਪਿਆਰਾ ਵਾ। ਤੇ ਆਹ ਹੁਣ ਤੁਹਾਨੂੰ ਆਪਾਂ ਪਿਕਅਪ ਟਰੱਕ ਦਿਖਾ ਦਿੰਦੇ ਹਾਂ, ਛੋਟਾ ਜਿਹਾ ਪਿਕਅਪ ਟਰੱਕ ਆ,
छोटा भी नहीं है, कैमरा वाइड एंगल किया हुआ वा, वैसे तो बड़ा वा। तो आ मूहरे वाली ये ग्रिल तुसी देख लो, टायर वगैरह देख लो। यदी भी जो आप प्राइस की गल करिए भी कह लो भी 50-60 हाथ ला दिंदा वा। सो कॉम्पैक्ट पिकअप ट्रक आ, पिछे समान रखन हों। पिकअप बहुत ही ज्यादा घैंट चीज है जी, मैनू तो वधिया लगते हैं लोग पहली बार बह के देखते हैं हंडाई वाले पिके दे विच। ਇੰਟੀਰੀਅਰ ਮੈਨੂੰ ਤਾਂ ਬਹੁਤ ਪਿਆਰਾ ਲੱਗ ਰਿਹਾ, ਲੱਗਦਾ ਹੀ ਨਹੀਂ ਯਾਰ ਕੰਮ ਲਈ ਮੇਰੇ ਖਿਆਲ ਚ ਕਿਸੇ ਸੁਹਾਲਕੇ ਕੰਮ ਲਈ ਹੋਇਆ, ਕਿਉਂਕਿ ਇਹਦਾ ਜਿਹੜਾ ਬੈੱਡ ਆ ਉਹ ਕਾਫੀ ਛੋਟਾ ਵਾ। ਅੱਛਾ, ਉਹਨੂੰ ਬੈੱਡ ਕਹਿ ਦਿੰਦੇ ਆ ਪਿਛਲੇ ਨੂੰ, ਟਰੰਕ ਹੁੰਦਾ ਜਿਹੜਾ, ਕਿਉਂਕਿ ਇਹ ਜਿੱਦਾਂ ਕੋਈ ਹਲਕਾ ਕੰਮ ਕਰਦਾ ਜਿੱਦਾਂ ਕੋਈ ਬਾਹਲਾ ਕੰਸਟਰਕਸ਼ਨ। ਟਰੰਕ ਕਿਹਨੂੰ ਟਰੰਕ ਉਹ ਨਹੀਂ ਕਹਿੰਦੇ ਹੁੰਦੇ ਆ, ਡਿੱਗੀ ਨੂੰ ਕਹਿੰਦੇ, ਉਹਨੂੰ ਬੈੱਡ ਕਹਿ ਦਿੰਦੇ। ਅੱਛਾ, ਤੇ ਉਹ ਕਵਰ ਕੋਵਰ ਨਾਲ ਹੀ ਆਉਂਦਾ ਵਾ ਕਿ ਉਹ ਅਸੈਸਰੀਆਂ ਨਾਲ ਹੋਰ ਪ੍ਰਾਈਸ ਦਾ ਫਰਕ ਪੈ ਜਾਂਦਾ ਵਾ। ਓਕੇ, ਸੋ ਤੁਸੀਂ ਦੇਖ ਸਕਦੇ ਹੋ ਜਗ੍ਹਾ ਸੋਹਣੀ ਹੈ, ਪਰ ਪਿੱਛੋਂ ਥੋੜਾ ਟਾਈਟ ਲੱਗਦਾ। ਪਿਕਅਪ ਟਰੱਕ ਦੇ ਹਿਸਾਬ ਨਾਲ ਵੀ ਪਿਛਲੀਆਂ ਸੀਟਾਂ ਨਹੀਂ ਜ਼ਿਆਦਾ ਖੁੱਲੀਆਂ ਹੁੰਦੀਆਂ, ਲੈਗ ਰੂਮ ਥੋੜਾ, ਪਰ ਫਿਰ ਵੀ ਠੀਕ ਹੈ। ਫਿਰ ਆਇਆ ਤਾਂ ਕੰਪੈਕਟ ਹੀ ਆ। ਹਾਂ, ਹੈਗਾ ਕੰਪੈਕਟ ਆ, ਪਰ ਸੋਹਣਾ ਲੱਗਦਾ ਹੈ। पैनोरामिक रूफ होवे तां वीडियो बहुत ही ज्यादा सोहनी बनती है। सो मेरे हिसाब नाल जे तुसीं वीडियो बनाउणे हो तां तुहाडे कोल होर कारण ओह वाली पूरी रूफ वाली गड्डी लैण दा, पैनोरामिक। ते अंदर इहनां दी इलैक्ट्रिकल गड्डी वी आ, ओह वी तुहानूं कोई नवीं आई आ, ओह आयोनिक 5 कहिंदी सी, आयोनिक हैना इदां दा नाम ओहदा, ओह वी दिखा दिंदे आ तुहानूं। फोटो खिचदे सीगे ते आ वीरा सानू मिल आ गया, इंदर जी ता वीर जी दा नाम। कहिंदे साडे जवाक तुहाडे एपीसोड देखदे हुंदे आ, तुहाडे व्लॉग देखदे हुंदे आ, ते पता लग्या वीरा उरे मकैनिक ही आ, ते इन्होंने सानू गड्डियां बारे होर भी इनसाइट्स दित्तियां भी केड़ी गड्डी तुहाडे लई सही रहूगी। सो थैंक यू वीरे थोड़ा। आहा जी आयोनिक 5 आ, ये हुंडई वालियां दी नवीं इलैक्ट्रिकल गड्डी आई आ। हाले रोड दे उत्ते मैं तां नहीं देखी हैगी, मैं शोरूम दे विच ही देखी पहली बारी, पर मैं इहदी रिव्यू वीडियो देखी सीगी। इदां दी इहदी लुक आ, लुक ऑब्वियसली फ्यूचरिस्टिक आ, सोहणी लगदी आ। बाकी इलैक्ट्रिकल गड्डियां दा हाले सारिआं नूं घट ही पता वा। देखो इहदा जिवें मुठ्ठा जिहा मेरे तों प्रॉपर खुल नहीं रिहा सीगा, सो इदा अलग ही तरीके दब के खोलना, अलग ही तरीके का इनका इंटीरियर हों, फ्यूचरिस्टिक जिहा। स्क्रीन स्क्रीन बटन बहुत ही ज्यादा घट्ट। तो आ रवि बह गया, रवि कह रहा भी आप अंदरों जी फुटबॉल भी खेड सकते हैं, क्योंकि बिचली जगह देखो इदा वा। तुम पहला किसी गड्डी देखी, मैं नहीं देखी हैगी इदा दी। कुछ कुछ गड्डिया यहोजी होंगे ने जी आप पहली बार देखते ही बहुत सोहनिया लगदी ने। सो आ गी जी वी गी है, पैलीसेड नाम यदा पिछे लिखा हुआ, मैनू भी नहीं पता मैं सही प्रोनाउंस कर रहा कि नहीं। आ प्राइस देख लो, $53,024 का प्राइस लग्या हुआ वा, पर अंदर बहुत सारी पता लग जाता भी कहते हैं। बहुत ही लग्जरी फीलिंग आँदी अंदर बह के, डैशबोर्ड बहुत ही सोहना वा। सनरूफ है, वड्डी हो सकती थी पर छोटी है, तो पिछे बैठन नूं वाधू जगह। आह गड्डी दा नाम कोना वा, जिहड़ी मैं कहिंदा सी भी वधिया सस्ती आ जाती है। तो आह सोनाटा खड़ी आ, बहुत लोग सोनाटा लैंदे आ, भी वधिया गड्डी आ। एलेंट्रा खड़ी है, जी अजकल बहुत ही ज़्यादा नवीं पीढ़ी कह लो लोग लेंदे आ जिन्हें उबर ईट्स वगैरह करनी होंगी। तो आ रवि इलैक्ट्रिकल गड्डी कोल खड़ा वा, एक्सप्लोर कर रहा वा। गड्डी आप देखिए जी पहला हुंडई के शोरूम के, आह वीरे का कार्ड सीगा, तुसीं इहनूं कॉन्टैक्ट कर सकते हो। इंस्टाग्राम थले सारा कुछ लिंक वगैरह दिते हुए ने, बाई ने बहुत वधिया हैल्प की जिन्ना कुछ भी दस्सिया। तो आ बाई ने थोड़े जिहे प्राइसिस भी दस्से सीगे, इदां नहीं आ कि नगोशिएबल हैगे ने थोड़े मोटे, पर उन्होंने फिर भी दस्सता। अगे असीं हमेशा गड्डी कैश चक्की आ, पर इहदे विच इहनां ने दस्सिया वा भी 7 ईयर्स की जो तुम किश्त कराने 0 डाउन देखी। आ पहली इलेंट्रा दी आ प्रैफर्ड मॉडल आ, ठंड के बोलिया भी नहीं जाता। यदि किश्त बन जाती है 172 बाई वीकली,
ਤੇ ਜਿਹੜਾ ਇਹਦਾ ਜਮਾ ਟਾਪ ਮਾਡਲ ਆ ਨਹੀਂ ਟਾਪ ਨਹੀਂ ਇਹ ਟੈਕ ਮਾਡਲ ਆ ਅੱਛਾ ਇਹਦੇ ਵਿੱਚ ਟੈਕ ਸਿਰਫ ਉਹ ਆ ਵੀ ਇਹਦੇ ਵਿੱਚ ਆਪਾਂ ਨੂੰ ਸੇਮ ਹੋਊਗਾ ਇਹਦੇ ਵਿੱਚ ਆਪਾਂ ਨੂੰ ਸਨਰੂਫ ਨਹੀਂ ਮਿਲਣੀ ਇਹਦੇ ਵਿੱਚ ਸਨਰੂਫ ਮਿਲੂਗੀ ਉਹ ਠੀਕ ਆ ਇਹਦੇ ਵਿੱਚ ਸਨਰੂਫ ਮਿਲੂਗੀ ਸੋ ਇਹ ਆ ਵੀ ਗੱਲ ਆ $185 ਬਾਈ ਵੀਕਲੀ ਪਿਛਲੇ ਮਹੀਨੇ ਆਉਂਦੇ ਕਹਿੰਦੇ ਹੁਣ ਇੰਟਰਸਟ ਰੇਟ ਵਧ ਗਿਆ ਪਿਛਲੇ ਮਹੀਨੇ ਇੰਨਾ ਸੀ ਹੁਣ 2.99 ਸੀਗਾ ਹੁਣ 3.49 ਆ ਤੇ ਉਹ ਕਹਿੰਦੇ ਪਰ ਹਲੇ ਵੀ ਇੱਕ ਪੈਕੇਜ ਚੱਲਦਾ 2.49 ਉਹਦੇ ਵਿੱਚ ਦੇਖ ਲਾਂਗੇ ਆਪਾਂ ਐਡਜਸਟ ਕਰ ਲਾਂਗੇ ਠੀਕ ਆ ਜੇ ਆਪਾਂ ਸਿੱਧੀ ਲੈਣੀ ਹੋਵੇ ਤਾਂ ਬੇਸ ਪ੍ਰਾਈਸ ਆ ਵਾ ਇਹਦੇ ਵਿੱਚ ਪਲੱਸ ਟੈਕਸ ਲੱਗੂਗਾ 24,124 ਪ੍ਰੈਫਰਡ ਮਾਡਲ ਦਾ ਤੇ ਜੇ ਚ ਆਪਾਂ ਟੈਕ ਲੈਨੇ ਆ ਫਿਰ $25,000 ਕੁਝ ਮਤਲਬ ਲੈ ਲਓ ਵੀ $1,400 ਵੱਧ ਗਿਆ ਆ ਟੂਸੋਨ ਦਾ ਵਾ 4 ਤੋਂ 6 ਮਹੀਨੇ ਦੀ ਇਹਦੀ ਵੇਟਿੰਗ ਚੱਲ ਰਹੀ ਆ ਪ੍ਰੈਫਰਡ ਦਾ ਪ੍ਰਾਈਸ ਬਾਈ ਨੇ ਉਰੇ ਦੱਸਿਆ ਹੋਇਆ ਵਾ ਜੇ ਆਪਾਂ ਕੈਸ਼ ਲੈਣੀ ਆ ਤਾਂ ਆਹ ਪ੍ਰਾਈਸ ਆ ਪਲੱਸ ਟੈਕਸ ਜ਼ੀਰੋ ਡਾਊਨ ਤੇ ਨੇ ਹਾਂ ਤੇ ਆ ਜ਼ੀਰੋ ਡਾਊਨ ਦੇ ਉੱਤੇ ਨੇ 7 ਸਾਲੀ ਕਿਸ਼ਤ ਦੇ ਹਿਸਾਬ ਨਾਲ $265 ਬਾਈ ਵੀਕਲੀ ਮਤਲਬ 14 ਦਿਨਾਂ ਦੀਆਂ 2 ਹਫ਼ਤੇ ਦੀਆਂ $265 ਤੋਂ $270 ਬਣਦੇ ਆ ਆਹ ਸੈਂਟੇਫੀ ਆ ਜਿਹੜੀ ਰਵੀ ਕਹਿੰਦਾ ਵੀ ਸਾਰੇ ਨੂੰ ਵਧੀਆ ਲੱਗਦੀ ਆ ਗੱਡੀ ਇਹਦੀ ਵੇਟਿੰਗ ਹੈਗੀ ਆ 2 ਤੋਂ 3 ਮਹੀਨੇ ਇਹਦੇ ਪ੍ਰੈਫਰਡ ਦੇ ਮਾਡਲ ਦੀ ਹੈਗੀ ਆ ਜੀ $295 ਸੋ ਟੂਸੋਨ ਤੋਂ ਵੱਧ ਮਹਿੰਗੀ ਸੈਂਟੇਫੀ ਆ ਇਹਦੀ 270 ਆ ਇਹਦੀ 295 ਆ ਜੇ ਆਪਾਂ ਸਿੱਧਾ ਪ੍ਰਾਈਸ ਲਵਾਂਗੇ ਕੈਸ਼ 42,547 ਤੇ ਜਿਹੜੀ ਗੱਡੀ ਮੈਨੂੰ ਪਸੰਦ ਆਈ ਕੀ ਆ ਉਹਦਾ ਨਾਮ ਪੈਲਸ ਸਾਈਡ ਜਿਹੜਾ ਵੀ ਹੈਗਾ ਹੈ ਨਾ ਇਹ ਲਗਜ਼ਰੀ ਮੈਨੂੰ ਜਿਹੜੀ ਪੂਰੀ ਹੈ ਨਾ ਟੋਪ ਐਂਡ ਉਹ ਕਹਿ ਲਓ ਵੀ 60-61 ਇੰਨੇ ਦੀ ਮਿਲੂਗੀ ਅਤੇ ਉਹਦੀ ਬਾਈ ਵੀਕਲੀ 380 ਬਣੂਗੀ 380 ਗੁਣਾ 2 ਦੱਸੋ 640 ਆਏ ਨਹੀਂ 700 ਤੋਂ ਵੱਧ ਗਿਆ ਬਸ 60 ਹੋ ਗਿਆ ਫਿਰ ਵੀ ਠੀਕ ਆ ਰਵੀ ਯਾਰ ਗੱਡੀ ਵੀ ਉਹ ਪਿਆਰੀ ਆ ਉਹ ਚ ਬਸ ਇੱਕ ਚੀਜ਼ ਨੀ ਪਸੰਦ ਆਈ ਤੇ ਉਹਦੀ ਉਹ ਵੀ ਗੱਲ ਨੋਟ ਕਰਨੇ ਵਾਲੀਆਂ ਨੇ ਹੁਣ ਗੈਸ ਦੇ ਪ੍ਰਾਈਸ ਜਿਵੇਂ ਬਹੁਤ ਜ਼ਿਆਦਾ ਵੱਧ ਰਹੇ ਨੇ ਹਾਂ ਇੰਜਨ ਕਹਿੰਦੇ ਐਂ ਖੁੱਚਦੇ ਨੇ ਘੁੱਟਾਂ ਜਿਵੇਂ ਭਰ ਦਿੰਦੇ ਨੇ ਉਹ 6 ਸਿਲੰਡਰ ਆ ਉਹਦਾ ਖੂਹੀ ਨੇ ਸਭ ਤੋਂ ਵਧੀਆ ਗੱਡੀ ਹੈਗੀ ਦੁਨੀਆ 'ਚ ਲੰਡਰ ਨਹੀਂ ਨਹੀਂ ਸਭ ਤੋਂ ਵਧੀਆ ਗੱਡੀ ਪਾਸਿੰਗ ਮਾੜਾ ਜਾ ਓ ਬਾਬੇ ਚਾਹੇ ਗੰਦੀ ਆ ਟੇਡਾ ਹੈ ਪਰ ਮੇਰਾ ਹੈ ਓ ਠੰਡ ਬਹੁਤ ਆ ਆਹ ਮੈਂ ਕਿਹਾ ਐਡਾ ਬੜਾ ਬੋਰਡ ਲੱਗਿਆ ਹੋਇਆ ਤੁਹਾਨੂੰ ਜ਼ਰੂਰ ਦਿਖਾਈਏ ਨਵ ਪਾਰਟੀ ਆ ਚੜ੍ਹਾਈ ਆ ਇਹਨਾਂ ਦੀ ਦੇਖੋ ਇਹਨਾਂ ਦਾ ਹੀ ਸ਼ੋਅਰੂਮ ਆ ਅਤੇ ਆਪਣੀ ਗੱਡੀ ਆ ਆਪਾਂ ਉਹ ਹੀ ਵਲੋਗ ਦਾ ਐਂਡ ਕਰਦੇ ਹਾਂ ਜੀ ਹੰਡਾਈ ਵਾਲਿਆਂ ਦੀਆਂ ਗੱਡੀਆਂ ਵਧੀਆ ਸੀ ਬਾਕੀ ਕਿਸੇ ਦਿਨ ਕਿਸੇ ਹੋਰ ਸ਼ੋਅਰੂਮ 'ਚ ਜਾ ਕੇ ਵੀ ਕੰਪੇਅਰ ਕਰਕੇ ਆਵਾਂਗੇ ਹੁਣ ਜਿਵੇਂ ਅਸੀਂ ਸੋਚਿਆ ਵੀ 2 ਗੱਡੀਆਂ ਲੈਣੀਆਂ ਨੇ ਹੈ ਨਾ ਲੈਣੀਆਂ ਚਾਹੀਦੀਆਂ ਨੇ ਫੈਮਿਲੀ ਦੇ ਹਿਸਾਬ ਨਾਲ ਠੰਡ ਬਹੁਤ ਲੱਗ ਰਹੀ ਆ ਤਾਂ ਉਸ ਕਰਕੇ ਆਪਾਂ 1-2 ਸ਼ੋਅਰੂਮ ਹੋਰ ਵੀ ਵਿਜ਼ਿਟ ਕਰਾਂਗੇ ਪ੍ਰੋਬਬਲੀ ਟੋਇਟਾ ਅਤੇ ਕੀਆ ਦਾ ਉਹਨਾਂ ਦੀਆਂ ਗੱਡੀਆਂ ਵੀ ਦੇਖ ਕੇ ਆਵਾਂ ਕਿਉਂਕਿ ਕੰਪੇਅਰ ਜ਼ਰੂਰ ਕਰ ਲੈਣੀ ਚਾਹੀਦੀ ਆ ਪਰ ਲੈਂਟਰ ਪ੍ਰਾਈਸ ਦੇ ਹਿਸਾਬ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਸਹੀ ਲੱਗੀ ਅਤੇ ਬਾਕੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਲਵ ਯੂ ਟੇਕ ਕੇਅਰ ਅਤੇ ਬਾਏ ਜੇ ਕੋਈ ਵੀ ਸਾਡੇ ਤੋਂ ਗਲਤ ਵੀ ਵਲੋਗ ਬਣਾਉਣ ਲੱਗੇ ਤਾਂ ਮਾਫ਼ ਕਰਿਓ ਇਨਫੋਰਮੇਸ਼ਨ ਜੇ ਤੁਸੀਂ ਸਾਨੂੰ ਕੋਈ ਦੇਣੀ ਹੋਈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਿਹਦੇ ਨਾਲ ਸਾਡਾ ਫਾਇਦਾ ਹੋਊਗਾ ਓਕੇ ਜੀ ਬਾਏ ਟਾਟਾ